ਅੱਜ ਅਸੀਂ ਖੜ੍ਹੇ ਹਾਂ ਗੜ ਸ਼ੰਕਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਿਹੜੀ ਸੜਕ ਜਾ ਰਹੀ ਹੈ। ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਸੰਤ ਨੇ, ਸੰਤ ਬਾਬਾ ਸਤਨਾਮ ਸਿੰਘ ਜੀ, ਉਹਨਾਂ ਨੇ ਕਾਰ ਸੇਵਾ ਸ਼ੁਰੂ ਕਰਵਾਈ ਹੈ ਸੜਕ ਦੀ। ਕਿੰਨੀ ਲੰਬੀ ਸੜਕ ਜਿਹੜੀ ਹੈ ਬਣ ਜਾ ਰਹੀ ਹੈ ਜੀ? ਜਿਹੜਾ ਪਹਿਲੇ ਪੜਾਅ ਦੇ ਵਿੱਚ ਜੀ 10 ਕਿਲੋਮੀਟਰ ਹੈ ਜਿਹੜਾ ਪਹਾੜ ਦਾ। ਲੋਕ ਅਕਸਰ ਬੋਲਦੇ ਸੀ ਕਿ ਜੇ ਗੜ ਸ਼ੰਕਰੋਂ ਦਹੀਂ ਲੈ ਕੇ ਚੱਲੀਏ ਤਾਂ ਅਨੰਦਪੁਰ ਸਾਹਿਬ ਤੱਕ ਲੱਸੀ ਬਣ ਜਾਂਦੀ ਹੈ। ਇੰਨੀ ਮਾੜੀ ਹਾਲਾਤ ਹੈ ਸੜਕ ਦੇ ਉੱਪਰ। ਸਿਆਸੀ ਜੇ ਆਪਾਂ ਗੱਲ ਕਰੀਏ ਤੂੰ ਸੰਤ ਬਾਬਾ ਸਤਨਾਮ ਸਿੰਘ ਹੁਣੀ ਜਿਹੜਾ ਕਾਰਜ ਵਿੱਢਿਆ ਹੈਗਾ, ਹੈ ਨਾ, ਕਿੰਨੇ ਕੁ ਮਤਲਬ ਔਸਤਨ ਜਿਹੜੀ ਹੈਗੀ ਇਹਦੇ 'ਤੇ ਖਰਚਾ ਆਉਣ ਦਾ? ਉਹ ਸੈਂਟਰ ਸਰਕਾਰ ਦੇ ਬੜੇ ਠੇਕੇਦਾਰ ਪ੍ਰੋਜੈਕਟ ਕਹਿੰਦੇ ਜਿੱਦਾਂ ਬਾਬਾ ਜੀ ਨੇ ਸੋਚਿਆ ਨਾ, ਉਹਦੇ 'ਤੇ 5 ਕਰੋੜ ਰੁਪਈਆ ਪਰ ਕਿਲੋਮੀਟਰ ਦਾ ਖਰਚਾ ਜੀ। ਜਿਹੜੀ ਸੜਕ ਸੰਤ ਬਾਬਾ ਸਤਨਾਮ ਸਿੰਘ ਹੁਣੀ ਬਣਾ ਰਹੇ ਆ, ਮਤਲਬ ਕੀ ਲੋੜ ਪੈ ਗਈ ਤੁਸੀਂ ਸਰਕਾਰਾਂ ਤੱਕ ਪਹੁੰਚਣੀ ਕੀਤੀ? ਕਿਉਂਕਿ ਜਦੋਂ ਸੰਤ ਬਾਬਾ ਲਾਭ ਸਿੰਘ ਜੀ ਨੇ ਸਰੀਰ ਛੱਡਿਆ ਤਾਂ ਉਹਨਾਂ ਨੇ ਬੜਾ ਲੰਬਾ ਸਮਾਂ ਇਸ 'ਤੇ ਸੇਵਾ ਨਿਭਾਈ ਹੈ ਜੀ। ਕਿਉਂਕਿ ਸਿੱਖੀ ਦੇ ਵਿੱਚ PGI 'ਚ ਲੰਗਰ ਗੁਰਦੁਆਰਾ ਸਾਹਿਬ ਬਣਵਾਇਆ, ਬੇਅੰਤ ਗੁਰਦੁਆਰੇ 'ਤੇ ਬਹੁਤ ਵੱਡੀਆਂ ਪੁਲ ਬਣਾ ਕੇ ਦਿੱਤੇ ਆ ਜੀ ਉਹਨਾਂ ਨੇ। ਉਹਨਾਂ ਦੀ ਇੱਛਾ 'ਤੇ ਵੀ ਇਹ ਸੜਕ ਬਣੇ। ਆਪਣੇ ਸਪੀਕਰ ਰਾਣਾ KP ਜੀ, ਸਰਕਾਰ ਸਾਰਿਆਂ ਨੇ ਮੰਨਿਆ ਪਿਆ ਅਸੀਂ ਸੜਕ ਬਣਾ ਲਵਾਂਗੇ ਜੀ, ਅਤੇ ਕਿਸੇ ਨੇ ਸੁਣੀ ਨਾ। ਅਤੇ ਗਡਕਰੀ ਸਾਹਿਬ ਨੇ 2019 ਜੀ ਦਾ ਨੀਂਹ ਪੱਥਰ ਰੱਖਿਆ, ਨਿਤਿਨ ਗਡਕਰੀ ਜੀ ਕੇਂਦਰੀ ਮੰਤਰੀ ਹੁਣੀ ਆਏ, ਉਹਨਾਂ ਨੇ ਨੀਂਹ ਪੱਥਰ ਰੱਖਿਆ ਸੜਕ ਦਾ ਨਿਬੰਗਾ ਟੂ ਨੈਣਾ ਦੇਵੀ ਦਾ ਜੀ। ਭਗਵੰਤ ਮਾਨ ਸਰਕਾਰ ਤੱਕ ਤੁਸੀਂ ਅਪਰੋਚ ਨਹੀਂ ਕੀਤੀ ਕਿ ਭਗਵੰਤ ਮਾਨ ਜਿਹੜੀਆਂ ਐਡੀਆਂ ਲੰਬੀਆਂ ਗੱਲਾਂ ਕਰਦੇ ਨੇ ਕਿ ਅਸੀਂ ਪੰਜਾਬ ਲਈ ਆਹ ਕਰਤਾ, ਪੰਜਾਬ ਲਈ ਉਹ ਕਰਤਾ, ਜਾਂ ਵਿਰੋਧੀ ਪਾਰਟੀਆਂ ਵਿੱਚੋਂ ਕੋਈ ਨੇਤਾ ਤੁਹਾਡੇ ਕੋਲ ਆਇਆ? ਮੁੱਖ ਮੰਤਰੀ ਸਾਹਿਬ ਇੱਥੇ ਆਏ, ਆਪਣੇ ਰੂਟ 'ਤੇ ਪੈਂਦਾ ਮਹਾਰਾਜ ਭੂਰੀ ਵਾਲਾ ਸਥਾਨ, ਉਦੋਂ ਵੀ ਬਾਬਾ ਜੀ ਮਿਲ ਕੇ ਉਹਨਾਂ ਨੂੰ ਬੇਨਤੀ ਕੀਤੀ ਹੈ। ਉਹਨਾਂ ਨੇ ਡਿਪਟੀ ਸਪੀਕਰ ਦੀ ਡਿਊਟੀ ਲਾਈ ਹੈ, ਫਿਰ ਤੁਸੀਂ ਦੱਸੋ ਜੀ ਕਿਹੜਾ ਕੰਮ ਹੋਣੇ ਵਾਲਾ, ਅਤੇ 5 ਮਹੀਨੇ ਹੁਣ ਜਾ ਰਹੇ ਆ। ਅਤੇ ਕਿਉਂਕਿ ਬੜਾ ਖਾਸਤਾ ਹਾਲਤ ਸੀ, ਹੁਣ ਮਹਾਂਪੁਰਸ਼ਾਂ ਨੇ ਫੈਸਲਾ ਕੀਤਾ ਵੀ ਜਿਹੜਾ ਪਹਾੜ ਦਾ ਵਿੱਚ ਏਰੀਆ ਨਾ, ਜਿੱਥੇ ਰੋਜ਼ ਦੁਰਘਟਨਾ ਕੋਈ ਨਾ ਕੋਈ ਵਾਪਰਦੀ ਜਾਂਦੀ ਹੈ, ਉਸ ਦੁਰਘਟਨਾ ਨੂੰ ਮੁੱਖ ਰੱਖ ਕੇ ਅਸੀਂ ਪਹਿਲਾਂ ਤਾਂ ਪਹਾੜ ਦਾ ਏਰੀਆ ਜਿਹੜਾ ਬੜਾ ਸ਼ਾਨਦਾਰ ਖੁੱਲ੍ਹਾ 35-35 ਫੁੱਟ ਰੋਡ ਅਤੇ 5 ਫੁੱਟ ਦਾ ਡਿਵਾਈਡਰ ਦੇ ਨਾਲ ਬੂਟੇ ਜਿਹੜੇ ਸ਼ਾਨਦਾਰ ਅਤੇ ਫਲਦਾਰ ਬੂਟੇ ਲਾਉਣੇ ਆ, ਉਹ ਲਾ ਕੇ ਦੇਣ ਜਾ ਰਹੇ ਆ ਜੀ। ਸੰਗਤਾਂ ਦੇ ਚਾਰ ਇਲਾਕੇ ਦੇ ਵਿੱਚ ਖੁਸ਼ੀ ਹੈ ਵੀ ਜਿਹੜੇ ਕਾਰ ਸੇਵਾ ਵਾਲੇ ਬਾਬੇ ਕਰ ਸਕਦੇ ਆ ਕੰਮ, ਕਿਉਂਕਿ ਨਹੀਂ ਹੋਰ ਕੰਮ 'ਤੇ ਕਿਸੇ 'ਤੇ ਹੋਣਾ ਨਾ ਸਕਿਆ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ R19 ਨਿਊਜ਼ ਔਰ ਮੈਂ ਹਾਂ ਸ਼ਰਨਜੀਤ ਬੈਂਸ। ਅੱਜ ਅਸੀਂ ਖੜ੍ਹੇ ਹਾਂ ਗੜ ਸ਼ੰਕਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਿਹੜੀ ਸੜਕ ਜਾ ਰਹੀ ਹੈ। ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਸੰਤ ਨੇ, ਸੰਤ ਬਾਬਾ ਸਤਨਾਮ ਸਿੰਘ ਜੀ, ਉਹਨਾਂ ਨੇ ਕਾਰ ਸੇਵਾ ਸ਼ੁਰੂ ਕਰਵਾਈ ਹੈ ਸੜਕ ਦੀ। 35 ਫੁੱਟ ਇੱਕ ਪਾਸੇ ਔਰ 35 ਫੁੱਟ ਦੂਜੇ ਪਾਸੇ ਸੜਕ ਬਣਨ ਜਾ ਰਹੀ ਹੈ, ਔਰ ਇਹ ਕਾਰ ਸੇਵਾ ਜਿਹੜੀ ਹੈ ਕਿਲ੍ਹਾ ਅਨੰਦਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੇ ਸੰਤ ਜਿਹੜੇ ਨੇ ਬਾਬਾ ਸਤਨਾਮ ਸਿੰਘ ਜੀ ਉਹਨਾਂ ਵੱਲੋਂ ਇਹ ਜਿਹੜੀ ਕਾਰਜ ਵਿੱਢੇ ਗਏ ਨੇ। ਮੰਦਭਾਗੀ ਗੱਲ ਹੈ ਇਹ, ਗੜ ਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹ ਡਿਪਟੀ ਸਪੀਕਰ ਨੇ ਜੈ ਸਿੰਘ ਰੌੜੀ ਸਾਹਿਬ। ਇੱਧਰ ਗੜ ਸ਼ੰਕਰ ਪੈਂਦਾ ਹੈ ਔਰ ਇੱਧਰ ਅਨੰਦਪੁਰ ਸਾਹਿਬ ਪੈਂਦਾ ਹੈ। ਅਨੰਦਪੁਰ ਸਾਹਿਬ ਤੋਂ ਹਰਜੋਤ ਬੈਂਸ ਜੀ ਸਿੱਖਿਆ ਮੰਤਰੀ ਨੇ, ਸੈਂਟਰ ਦਾ ਜਿਹੜਾ ਵਿਚਕਾਰਲਾ ਹੈਗਾ ਬਲਾਚੌਰ, ਉੱਥੋਂ ਵੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਸੰਤੋਸ਼ ਚੌਧਰੀ ਨੇ, 3 ਵਿਧਾਇਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਇਸ ਸੜਕ ਨੂੰ ਬਿਲੋਂਗ ਕਰਦੇ ਨੇ, ਪਰ ਸਰਕਾਰਾਂ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ। ਇਹ ਸੜਕ ਜਿਹੜੀ ਹੈ ਅੱਕ ਕੇ ਅੰਤ ਜਦੋਂ ਹੋ ਗਿਆ, ਲੋਕ ਅਕਸਰ ਬੋਲਦੇ ਸੀ ਕਿ ਜੇ ਗੜ ਸ਼ੰਕਰੋਂ ਦਹੀਂ ਲੈ ਕੇ ਚੱਲੀਏ ਤਾਂ ਅਨੰਦਪੁਰ ਸਾਹਿਬ ਤੱਕ ਲੱਸੀ ਬਣ ਜਾਂਦੀ ਹੈ। ਇੰਨੀ ਮਾੜੀ ਹਾਲਾਤ ਹੈ ਸੜਕ ਦੇ ਉੱਪਰ। ਸਾਡੇ ਨਾਲ ਅੱਜ ਮੌਜੂਦ ਨੇ ਸਰਦਾਰ ਦਲਜੀਤ ਸਿੰਘ ਬੈਂਸ ਸਾਹਿਬ, ਜੋ ਇਸ ਕਾਰ ਦੇ ਵਿੱਚ ਆਪਣਾ ਬੜਬੁੱਲਾ ਯੋਗਦਾਨ ਵੀ ਪਾ ਰਹੇ ਨੇ ਔਰ ਸਿਆਸਤ ਵਿੱਚ ਵੀ ਇਹ ਸਰਕਾਰ ਰਹਿੰਦੇ ਨੇ। ਆਪਾਂ ਗੱਲ ਕਰਾਂਗੇ ਬੈਂਸ ਸਾਹਿਬ ਨਾਲ ਵੀ ਇਹ ਕੀ ਪ੍ਰੋਜੈਕਟ ਹੈ ਔਰ ਕਿੰਨੀ ਲੰਬੀ ਸੜਕ ਬਣ ਜਾ ਰਹੀ ਹੈ ਔਰ ਇਹ ਕਦੋਂ ਸ਼ੁਰੂ ਹੋਈ ਹੈ ਔਰ ਕਦੋਂ ਸਮਾਪਤ ਹੋਵੇਗੀ। ਬੈਂਸ ਸਾਹਿਬ, R19 ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਰਦੇ ਭਾਅ ਜੀ ਤੁਹਾਡਾ, ਤੁਸੀਂ ਐਡੀ ਦੂਰ 'ਤੇ ਚੱਲ ਕੇ ਆਏ ਸਾਡੇ ਇੱਥੇ ਕਵਰ ਕਰਨ ਵਾਸਤੇ।
ਅਸੀਂ ਹਾਜ਼ਰ ਹਾਂ ਜੀ। ਇਹ ਜਿਹੜੀ ਸੜਕ ਸੰਤ ਬਾਬਾ ਸਤਨਾਮ ਸਿੰਘ ਹੁਣੀ ਬਣਾ ਰਹੇ ਆ, ਮਤਲਬ ਕੀ ਲੋੜ ਪੈ ਗਈ ਤੁਸੀਂ ਸਰਕਾਰਾਂ ਤੱਕ ਪਹੁੰਚ ਨਹੀਂ ਕੀਤੀ? ਮਤਲਬ ਇਹ ਜਿਹੜੀ ਸੰਪਰਦਾ ਸੰਤ ਬਾਬਾ ਸੇਵਾ ਸਿੰਘ ਕਿਲ੍ਹਾ ਆਨੰਦਗੜ੍ਹ ਵਾਲੇ ਨੇ ਅੱਜ ਤੋਂ 100 ਸਾਲ ਪਹਿਲਾਂ ਆਰੰਭ ਕੀਤੀ ਸੀ। ਬਾਬਾ ਸੰਤ ਬਾਬਾ ਸੇਵਾ ਸਿੰਘ ਹੋਏ ਆ, ਸੰਤ ਬਾਬਾ ਭਾਗ ਸਿੰਘ ਜੀ, ਸੰਤ ਬਾਬਾ ਲਾਭ ਸਿੰਘ ਜੀ ਅਤੇ ਸੰਤ ਬਾਬਾ ਹਰਭਜਨ ਸਿੰਘ ਜੀ ਭਲਵਾਨ। ਹੁਣ ਮੌਜੂਦਾ ਮੁਖੀ ਨੇ ਬਾਬਾ ਸੁੱਚਾ ਸਿੰਘ ਜੀ ਅਤੇ ਨਾਲ ਬਾਬਾ ਸਤਨਾਮ ਸਿੰਘ ਜੀ ਹੋਣੀ, ਕਿਉਂਕਿ ਜਦੋਂ ਸੰਤ ਬਾਬਾ ਲਾਭ ਸਿੰਘ ਜੀ ਨੇ ਸਰੀਰ ਛੱਡਿਆ ਤਾਂ ਉਹਨਾਂ ਨੇ ਬੜਾ ਲੰਬਾ ਸਮਾਂ ਇਸ 'ਤੇ ਸੇਵਾ ਨਿਭਾਈ ਹੈ ਜੀ, ਕਿਉਂਕਿ ਸਿੱਖੀ ਦੇ ਵਿੱਚ PGI 'ਚ ਲੰਗਰ ਗੁਰਦੁਆਰਾ ਸਾਹਿਬ ਬਣਵਾਇਆ, ਬੇਅੰਤ ਗੁਰਦੁਆਰੇ ਅਤੇ ਬਹੁਤ ਵੱਡੀਆਂ ਪੁਲ ਬਣਾ ਕੇ ਦਿੱਤੇ ਆ ਜੀ ਉਹਨਾਂ ਨੇ। ਉਹਨਾਂ ਦੀ ਇੱਛਾ 'ਤੇ ਵੀ ਇਹ ਸੜਕ ਬਣੇ, ਚਲੋ ਬੜੀਆਂ ਸਰਕਾਰਾਂ ਨੂੰ ਬੇਨਤੀ ਕੀਤੀ, ਕਿਸੇ ਸਰਕਾਰ ਨੇ ਨਾ ਮੰਨੀ ਅਤੇ 2019 'ਚ ਉਹਨਾਂ ਨੇ ਸੀਸ ਛੱਡਤਾ। ਤਾਂ ਉਦੋਂ ਮੌਜੂਦਾ ਮੁਖੀ ਬਾਬਾ ਬਣੇ ਹਰਭਜਨ ਸਿੰਘ ਜੀ ਭਲਵਾਨ, ਤਾਂ ਉਹਨਾਂ ਨੇ ਉਸ ਦੁਸਹਿਰੇ 'ਤੇ ਆਪਣੇ ਸਪੀਕਰ ਰਾਣਾ KP ਜੀ, ਸਰਕਾਰ ਸਾਰਿਆਂ ਨੇ ਮੰਨਿਆ ਵੀ ਅਸੀਂ ਸੜਕ ਬਣਾਵਾਂਗੇ ਜੀ, ਅਤੇ ਕਿਸੇ ਨੇ ਸੁਣੀ ਨਾ। ਅਤੇ ਗਡਕਰੀ ਸਾਹਿਬ ਨੇ 2019 ਦਾ ਨੀਂਹ ਪੱਥਰ ਰੱਖਿਆ, ਨਿਤਿਨ ਗਡਕਰੀ ਜੀ ਕੇਂਦਰੀ ਮੰਤਰੀ ਉਹਨੀ ਆਏ, ਉਹਨਾਂ ਨੇ ਨੀਂਹ ਪੱਥਰ ਰੱਖਿਆ ਇਸ ਸੜਕ ਦਾ, ਨਿਬੰਗਾ ਟੂ ਨੈਣਾ ਦੇਵੀ ਦਾ ਜੀ, ਉਹਨਾਂ ਨੇ ਵੀ ਇਹ ਸੜਕ ਨਾ ਬਣਾਈ ਅਤੇ ਸਾਰਿਆਂ ਨੇ। ਹੁਣ ਮਹਾਂਪੁਰਸ਼ਾਂ ਨੇ ਫਿਰ ਬੇਨਤੀ ਕਰਕੇ ਸਾਰੇ ਮਹਾਂਪੁਰਸ਼, ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ, ਸੰਤ ਬਾਬਾ ਗੁਰਭਜਨ ਸਿੰਘ ਜੀ ਪਠਲਾਵੇ ਵਾਲੇ, ਸੰਤ ਬਾਬਾ ਚੰਦਪੁਰ ਬੇਲੇ ਵਾਲੇ ਜੀ, ਅਤੇ ਨਾਲ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ UK ਨਿਸ਼ਕਾਂਤ ਸੇਵਕ ਜਥਾ ਜਿਹੜਾ, ਉਹਨਾਂ ਨੇ ਸਾਰਿਆਂ ਨੇ 16 ਫਰਵਰੀ ਨੂੰ ਇਹ ਕੰਮ ਆਰੰਭਿਆ ਤਾ ਜੀ, ਅਤੇ 5 ਮਹੀਨੇ ਹੁਣ ਜਾ ਰਹੇ ਆ। ਅਤੇ ਕਿਉਂਕਿ ਬੜਾ ਖਸਤਾ ਹਾਲਤ ਸੀ, ਹੁਣ ਮਹਾਂਪੁਰਸ਼ਾਂ ਨੇ ਫੈਸਲਾ ਕੀਤਾ ਵੀ ਜਿਹੜਾ ਪਹਾੜ ਦਾ ਵਿੱਚ ਏਰੀਆ ਨਾ, ਜਿੱਥੇ ਰੋਜ਼ ਦੁਰਘਟਨਾ ਕੋਈ ਨਾ ਕੋਈ ਵਾਪਰਦੀ ਜਾਂਦੀ ਹੈ, ਉਸ ਦੁਰਘਟਨਾ ਨੂੰ ਮੁੱਖ ਰੱਖ ਕੇ ਅਸੀਂ ਪਹਿਲਾਂ ਤਾਂ ਪਹਾੜ ਦਾ ਏਰੀਆ ਜਿਹੜਾ ਬੜਾ ਸ਼ਾਨਦਾਰ ਖੁੱਲ੍ਹਾ 35-35 ਫੁੱਟ ਰੋਡ ਅਤੇ 5 ਫੁੱਟ ਦਾ ਡਿਵਾਈਡਰ ਅਤੇ ਨਾਲ ਬੂਟੇ ਜਿਹੜੇ ਸ਼ਾਨਦਾਰ ਅਤੇ ਫਲਦਰ ਬੂਟੇ ਲਾਉਣੇ ਆ ਉਹ ਲਾ ਕੇ ਦੇਣ ਜਾ ਰਹੇ ਆ ਜੀ। ਇਹ ਪਹਿਲੇ ਜਿਹੜਾ ਪਰਾਇਆ ਜਿਹੜੇ ਉਹਦੇ ਤਕਰੀਬਨ ਮੁਕੰਮਲ ਹੋਣ ਜਾ ਰਿਹਾ, ਕਿਉਂਕਿ ਗੁਰੈਂਬਰ ਪੱਥਰ ਬੋਲਦੇ ਆ ਉਹ ਥੱਲੇ ਪਾ ਤਾ, ਉਹ ਤੋਂ ਬਾਅਦ ਦੂਜੇ ਪੜਾਅ ਦਾ ਪੱਥਰ ਪੈਣਾ ਜੀ, ਫਿਰ ਨਾਲ ਇੱਕ ਮੌਸਮ ਦਾ ਦੇਖਣਾ ਪੈਣਾ ਕਿ ਹੁਣ ਜਿਹੜਾ ਪਾਣੀ ਦਾ ਵਹਾਅ ਦਾ ਕਿੱਧਰ ਨੂੰ ਜਾਂਦਾ, ਬਰਸਾਤ ਦਾ ਲੰਬੇ ਪਿੱਛੋਂ ਪਾਣੀ ਆਉਂਦਾ ਹੈ, ਉਹਦੇ ਬਾਅਦ ਇਹ ਸੜਕ ਦਾ ਕੰਮ 2 ਅਕਤੂਬਰ-2 ਨਵੰਬਰ 'ਚ ਲੋਕ ਇੱਕ ਸਾਈਡ 'ਤੇ ਪਾ ਦੇਣੀ ਹੈ ਜੀ। ਇਹ ਕਿੰਨੀ ਲੰਬੀ ਸੜਕ ਜਿਹੜੀ ਹੈ ਬਣ ਜਾ ਰਹੀ ਹੈ ਜੀ? ਜਿਹੜਾ ਪਹਿਲੇ ਪੜਾਅ ਦੇ ਵਿੱਚ ਜੀ 10 ਕਿਲੋਮੀਟਰ ਜਿਹੜਾ ਪਹਾੜ ਦਾ ਟੋਟਾ ਜੀ, ਸਿੰਘਪੁਰ ਤੋਂ ਲੈ ਕੇ ਕਾਨਪੁਰ ਖੂਹੀ ਤੱਕ, ਜਿਹੜਾ ਕਿ ਜ਼ਿਆਦਾ ਬੇਫਤਾ ਦਾ ਕਾਰਨ ਤਾਂ ਵਿੱਚ ਘਾਟਾ ਪੈਂਦਾ ਜੀ, ਜਾਮ ਲੱਗ ਜਾਂਦਾ ਤਾਂ ਬਹੁਤ ਦੁਰਘਟਨਾ ਵਾਪਰਦੀ ਦੀਆਂ। ਇਸ ਵਾਰ ਇੰਨੀ ਖੁੱਲ੍ਹਣ ਦੇ ਨਾਲ ਹੀ ਹੋਲਾ ਮਹੱਲਾ ਅਤੇ ਵਿਸਾਖੀ 'ਤੇ ਕੋਈ ਜਾਮ ਨਹੀਂ ਲੱਗਿਆ, ਕੋਈ ਦੁਰਘਟਨਾ ਨਹੀਂ ਵਾਪਰੀ, ਸੰਗਤਾਂ ਬੜੀਆਂ ਇਸ ਵਾਰ ਖੁਸ਼ ਗਈਆਂ ਜੀ। ਤੁਸੀਂ ਆਪ ਗਰਾਊਂਡ ਲੈਵਲ ਦੇਖ ਲਓ, ਕੋਈ ਸਰਕਾਰੀ ਅੰਕੜਾ ਦੇਖ ਲਓ, ਕੋਈ ਵੀ ਦੁਰਘਟਨਾ ਨਹੀਂ ਵਾਪਰੀ, ਬੜੀਆਂ ਖੁਸ਼ ਗਈਆਂ ਸੰਗਤਾਂ, ਕਿਉਂਕਿ ਸੰਗਤਾਂ ਦੇ ਚਾਰ ਇਲਾਕੇ ਦੇ ਵਿੱਚ ਇਹ ਖੁਸ਼ੀ ਹੈ ਵੀ ਜਿਹੜੇ ਇਹ ਕਾਰ ਸੇਵਾ ਵਾਲੇ ਬਾਬੇ ਕਰ ਸਕਦੇ ਆ ਕੰਮ, ਕਿਉਂਕਿ ਨਹੀਂ ਹੋਰ ਕੰਮ 'ਤੇ ਕਿਸੇ 'ਤੇ ਹੋਣਾ ਨਾ ਸਕਿਆ, ਕਿਉਂਕਿ ਸਰਕਾਰਾਂ ਦੀ ਆਪਸ ਵਿੱਚ ਲੜਾਈਆਂ ਰਹਿੰਦੀਆਂ, ਸੈਂਟਰ ਦੀ ਕਿਸੇ ਦੀ ਹੁੰਦੀ ਹੈ, ਸਟੇਟ ਦੀ ਕਿਸੇ ਦੀ ਹੈ, ਕਿਉਂਕਿ ਸੈਂਟਰ 'ਤੇ ਪਹਾੜ ਹੈ, ਸਟੇਟ ਦੀ ਸਰਕਾਰ ਨੇ ਮਨਜ਼ੂਰੀ ਮੰਗਣੀ ਨਹੀਂ, ਉਹਨੇ ਦੇਣੀ ਨਹੀਂ, ਇਸ ਕਰਕੇ ਜਿਹੜਾ ਇਹ ਮਹਾਂਪੁਰਸ਼ਾਂ ਨੇ ਜਿਹੜਾ ਕੰਮ ਆਰੰਭਿਆ ਹੈ ਇਸੇ ਕਾਰਨ ਇਹ ਸਾਰਾ ਕੰਮ ਹੋਣ ਜਾ ਰਿਹਾ ਜੀ। ਭਗਵੰਤ ਮਾਨ ਸਰਕਾਰ ਤੱਕ ਤੁਸੀਂ ਅਪਰੋਚ ਨਹੀਂ ਕੀਤੀ? ਕਈ ਭਗਵੰਤ ਮਾਨ ਜਿਹੜੀਆਂ ਐਡੀਆਂ ਲੰਬੀਆਂ ਗੱਲਾਂ ਕਰਦੇ ਨੇ ਕਿ ਅਸੀਂ ਪੰਜਾਬ ਲਈ ਆਹ ਕਰਤਾ, ਪੰਜਾਬ ਲਈ ਉਹ ਕਰਤਾ, ਜਾਂ ਵਿਰੋਧੀ ਪਾਰਟੀਆਂ ਵਿੱਚੋਂ ਕੋਈ ਨੇਤਾ ਤੁਹਾਡੇ ਕੋਲ ਆਇਆ ਇੱਥੇ? ਦੇਖੋ ਨੇਤਾ ਆਏ ਆ, ਡਿਪਟੀ ਸਪੀਕਰ ਸਾਹਿਬ ਆਏ ਆ, ਅਤੇ ਉਹਨਾਂ ਨੂੰ ਕਿਹਾ ਤਾ ਵੀ ਸਾਨੂੰ ਇਹਨੂੰ ਸਟੇਟ ਮਾਰਕ ਜਿਹੜਾ ਨਾ ਸਟੇਟ ਮਾਰਕ ਇਹਨੂੰ ਐਲਾਨ ਕਰਾ ਦਿਓ। ਇਹ ਮਾਰਚ 'ਚੋਂ ਆਏ ਅਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਸਟੇਟ ਦਾ ਮਾਰਚ ਕਰੋ। ਮੁੱਖ ਮੰਤਰੀ ਸਾਹਿਬ ਇੱਥੇ ਆਏ ਆ, ਆਪਣੇ ਰੋਡ 'ਤੇ ਪੈਂਦਾ ਮਹਾਰਾਜ ਭੂਰੀ ਵਾਲਾ ਸਥਾਨ, ਉਦੋਂ ਵੀ ਬਾਬਾ ਜੀ ਮਿਲ ਕੇ ਉਹਨਾਂ ਨੂੰ ਬੇਨਤੀ ਕੀਤੀ ਹੈ, ਉਹਨਾਂ ਨੇ ਡਿਪਟੀ ਸਪੀਕਰ ਦੀ ਡਿਊਟੀ ਲਾਈ ਹੈ ਵੀ ਤੁਸੀਂ ਦੱਸੋ ਜੀ ਕਿਹੜਾ ਕੰਮ ਹੋਣੇ ਵਾਲਾ। ਅਤੇ ਸਟੇਟ ਮਾਰਕ ਜਦ ਤੱਕ ਬਣਦੇ ਨਹੀਂ ਉਦੋਂ ਤੱਕ ਸੈਂਟਰ ਸਰਕਾਰ ਵੀ ਇਹਨੂੰ ਅਡੋਪਟ ਨਹੀਂ ਕਰ ਸਕਦੀ, ਕਿਉਂਕਿ ਇਹਦੇ ਵਿੱਚ 3 ਜ਼ਿਲ੍ਹੇ ਪੈਂਦੇ ਆ, ਰੋਪੜ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ, ਤਿੰਨਾਂ ਦੀ ਡਿਵੀਜ਼ਨਾਂ ਪੈਂਦੀਆਂ ਜੀ, ਕਿਉਂਕਿ ਇੱਕ ਡਿਵੀਜ਼ਨ ਬਣਾਉਂਦੀ ਹੁੰਦੀ, ਦੂਜੀ ਦੀ ਟੁੱਟ ਜਾਂਦੀ ਜਾਨੂੰ ਸੜਕ, ਅਲੱਗ ਅਲੱਗ ਕਮਿਸ਼ਨ ਆ ਇਹਦੇ ਵਿੱਚ ਹੈ ਜੀ। ਸਿਆਸੀ ਜੇ ਆਪਾਂ ਗੱਲ ਕਰੀਏ ਤਾਂ ਸੰਤ ਬਾਬਾ ਸਤਨਾਮ ਸਿੰਘ ਹੁਣੀ ਇਹ ਜਿਹੜਾ ਕਾਰਜ ਵਿੱਢਿਆ ਹੈਗਾ, ਹੈ ਨਾ,
ਕਿੰਨੇ ਕੁ ਮਤਲਬ ਔਸਤਨ ਜਿਹੜੀ ਹੈਗੀ ਇਹਦੇ 'ਤੇ ਖਰਚਾ ਆਉਣ ਦਾ? ਜੋ ਸੈਂਟਰ ਸਰਕਾਰ ਦੇ ਬੜੇ ਠੇਕੇਦਾਰ ਪ੍ਰੋਜੈਕਟ ਕਹਿੰਦੇ ਜਿੱਦਾਂ ਬਾਬਾ ਜੀ ਨੇ ਸੋਚਿਆ ਨਾ, ਉਹਦੇ 'ਤੇ 5 ਕਰੋੜ ਰੁਪਈਆ ਪਰ ਕਿਲੋਮੀਟਰ ਦਾ ਖਰਚਾ ਜੀ। ਫਿਰ 35-35 ਫੁੱਟ 70 ਫੁੱਟ ਰੋਡ ਆ ਕੇ ਫਿਰ ਡਿਵਾਈਡਰ ਦੇਣਾ, ਬੂਟੇ ਲਾਉਣੇ ਆ, 5 ਕਰੋੜ ਰੁਪਈਆ ਪਰ ਕਿਲੋਮੀਟਰ ਦਾ ਖਰਚਾ ਜੀ। 10 ਕਿਲੋਮੀਟਰ ਬਣ ਜਾ ਰਹੀ ਹੈ, 5 ਕਰੋੜ ਰੁਪਈਆ ਪਰ ਕਿਲੋਮੀਟਰ ਤੁਸੀਂ ਦੱਸ ਰਹੇ ਹੋ ਨਾ, ਅਤੇ ਇਹ ਜਿਹੜੀ ਸੇਵਾ, ਪੈਸੇ ਦੀ ਸੇਵਾ ਹੈ, ਇਹ ਵਿਦੇਸ਼ਾਂ ਤੋਂ ਆ ਰਹੀ ਹੈ ਜਾਂ ਸੰਗਤ ਆਪ ਇਕੱਠੇ ਕਰ ਰਹੇ ਜੀ? ਇਹ ਤਾਂ ਜਿਹੜੇ ਸੰਗਤਾਂ ਦੇ ਆ, ਕੁਛ ਵਿਦੇਸ਼ 'ਚੋਂ ਵੀ ਮਾੜੀ ਮੋਟੀ ਮਦਦ ਹੈਗੀ ਹੈ ਜੀ। ਸੰਗਤਾਂ ਹੀ ਇੱਥੇ ਜਿਹੜੀਆਂ ਬਾਬਾ ਜੀ ਦੇ ਪਰਾਲੇ ਦੇ ਨਾਲ ਸੰਗਤਾਂ ਹੀ ਦੇ ਰਹੀਆਂ ਜੀ, ਉਹਨਾਂ ਚੱਲ ਰਿਹਾ ਕੰਮ ਜੀ। ਮਤਲਬ ਲੋਕ ਆਪ ਮੁਹਾਰੀ ਹੋ ਕੇ ਸੜਕ ਬਣਾ ਰਹੇ? ਆਪ ਮੁਹਾਰੀ ਜੀ, ਸੰਗਤਾਂ ਆਪ ਦੇ ਰਹੀਆਂ, ਪਏ ਪਿੰਡਾਂ 'ਚੋਂ ਪੈਸੇ ਦੇ ਰਹੇ ਸੰਗਤਾਂ, ਵੀ ਜੀ ਵੱਡਾ ਕਾਰਜ ਹੋਇਆ। ਸੰਗਤਾਂ ਬੜੀਆਂ ਖੁਸ਼ ਹੈ, ਲੋਕ ਬੜੇ ਖੁਸ਼ ਹੈ ਇਸ ਗੱਲ 'ਤੇ ਵੀ, ਕਹਿੰਦਾ ਬੜਾ ਕੰਮ ਹੋਇਆ ਜੀ, ਕਹਿੰਦੇ ਇਲਾਕੇ ਦਾ ਬੜਾ ਭਾਗ ਨਿਕਲ ਗਿਆ ਜੀ। ਸੋ ਇਹ ਸਨ ਦਲਜੀਤ ਸਿੰਘ ਬੈਂਸ ਹੁਣੀ, ਜਿਹਨਾਂ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ ਕਿ 10 ਕਿਲੋਮੀਟਰ ਦੀ ਸੜਕ ਬਣਨ ਜਾ ਰਹੀ ਆ, ਔਰ 1 ਕਿਲੋਮੀਟਰ ਦਾ ਜਿਹੜਾ ਖਰਚਾ ਹੈ ਉਹ 5 ਕਰੋੜ ਰੁਪਈਆ ਹੈ। ਸੜਕ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਕਾਰ ਜਿਹੜੇ ਸੰਤ ਬਾਬਾ ਸਤਨਾਮ ਸਿੰਘ ਹੁਣੀ ਨੇ ਇੱਥੇ ਵਿੱਢੇ ਨੇ। ਕੈਮਰਾਮੈਨ ਅਭਿਸ਼ੇਕ ਦੇ ਨਾਲ ਮੈਂ ਸ਼ਰਨਜੀਤ ਬੈਂਸ, ਪੋਜੇਵਾਲ।